ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਮੈਂ ਚਰਨਜੀਤ ਸਿੰਘ, ਤੁਸੀਂ ਦੇਖ ਰਹੇ ਹੋ ਆਪਣਾ ਯੂਟਿਊਬ ਚੈਨਲ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸਪਰੇਅ ਕਰਨ ਸਮੇਂ ਆਪਾਂ ਕੁਝ ਗਲਤੀਆਂ ਕਰ ਜਾਂਦੇ ਹਾਂ ਜਿਹਦੇ ਕਾਰਨ ਆਪਾਂ ਨੂੰ ਸਪਰੇਅ ਦੇ ਪੂਰੇ ਬੈਨੀਫਿਟ ਦੇਖਣ ਨੂੰ ਨਹੀਂ ਮਿਲਦੇ। ਆਪਾਂ ਪੈਸਾ ਵੀ ਖਰਚਦੇ ਹਾਂ, ਉਸ ਤੋਂ ਬਾਅਦ ਦੇ ਵਿੱਚ ਮਿਹਨਤ ਵੀ ਕਰਦੇ ਹਾਂ, ਪਰ ਆਪਾਂ ਨੂੰ ਜਿੰਨੇ ਰਿਜ਼ਲਟ ਮਿਲਣੇ ਚਾਹੀਦੇ ਨੇ ਉਨੇ ਰਿਜ਼ਲਟ ਫਿਰ ਵੀ ਨਹੀਂ ਮਿਲਦੇ। ਕੋਈ ਛੋਟੀਆਂ ਛੋਟੀਆਂ ਜਿਹੀਆਂ ਆਪਾਂ ਗਲਤੀਆਂ ਕਰ ਜਾਂਦੇ ਹਾਂ, ਤਿੰਨ ਚਾਰ ਨਿੱਕੀਆਂ ਨਿੱਕੀਆਂ ਗਲਤੀਆਂ, ਮੈਂ ਤੁਹਾਡੇ ਨਾਲ ਇਸੇ ਸੰਬੰਧੀ ਇਸ ਵੀਡੀਓ ਦੇ ਵਿੱਚ ਗੱਲ ਕਰਨੀ ਹੈ। ਸਭ ਤੋਂ ਪਹਿਲਾਂ ਜਿਹੜੇ ਨਵੇਂ ਜੁੜੇ ਕਿਸਾਨ ਨੇ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਨਾਲ ਲੱਗੇ ਬੈਲ ਦੇ ਬਟਨ ਨੂੰ ਦਬਾ ਲਓ ਤਾਂ ਕਿ ਹੋਰ ਵੀ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ। ਸੋ ਕਿਸਾਨ ਦੋਸਤੋ, ਸਪਰੇਆਂ ਬਹੁਤ ਸਾਰੀਆਂ ਆਪਾਂ ਕਰਨੀਆਂ ਨੇ ਆਉਣ ਵਾਲੇ ਟਾਈਮ ਦੇ ਵਿੱਚ। ਕਿਸੇ ਨੇ ਕੋਈ NPK ਕਰਨਾ ਹੈ, ਕਿਸੇ ਨੇ ਕੋਈ ਫੰਗੀਸਾਈਡ ਕਰਨਾ ਹੈ, ਕਿਸੇ ਨੇ ਕੋਈ ਇਨਸੈਕਟੀਸਾਈਡ ਕਰਨਾ ਹੈ, ਵੱਖ ਵੱਖ ਤਰ੍ਹਾਂ ਦੀਆਂ ਸਪਰੇਆਂ ਲੋੜ ਪੈਣ ਦੇ ਆਪਾਂ ਜਿਹੜੀਆਂ ਕਰਨੀਆਂ ਨੇ। ਪਰ ਇੱਥੇ ਆਪਾਂ ਕੁਝ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਹੈ। ਸਪਰੇਅ ਕਰਦੇ ਸਮੇਂ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਮੇਨ ਵੱਡੀ ਜਿਹੜੀ ਗਲਤੀ ਆਪਾਂ ਕਰਦੇ ਹਾਂ, ਜ਼ਿਆਦਾਤਰ ਕਿਸਾਨ ਇਹ ਗਲਤੀ ਕਰਦੇ ਨੇ ਕਿ ਜਿੰਨਾ ਪਾਣੀ ਉਹ ਸਪਰੇਅ ਨੂੰ ਸਿਫਾਰਿਸ਼ ਆਪਾਂ ਲਾਉਣਾ ਹੈ ਉਨਾ ਪਾਣੀ ਆਪਾਂ ਨਹੀਂ ਲਾਉਂਦੇ। ਇੱਕ ਆਪਾਂ ਸਪਰੇਅ ਦੇ ਉੱਪਰ ਪੈਸਾ ਖਰਚਦੇ ਹਾਂ, ਮਹਿੰਗੀ ਤੋਂ ਮਹਿੰਗੀ ਸਪਰੇਅ ਲਿਆਉਂਦੇ ਹਾਂ, ਪਰ ਜਦੋਂ ਕਰਨ ਦੀ ਗੱਲ ਆਉਂਦੀ ਹੈ ਉਦੋਂ ਆਪਾਂ ਪਾਣੀ ਦੇ ਉੱਪਰੋਂ ਜਾ ਕੇ ਮਾਰ ਖਾ ਜਾਂਦੇ ਹਾਂ। ਜਿੰਨਾ ਪਾਣੀ ਲਾਉਣਾ ਚਾਹੀਦਾ ਹੈ, ਜੇ ਮੰਨ ਲਓ 1 ਕਿੱਲੇ ਦੇ ਵਿੱਚ 150 ਲੀਟਰ ਪਾਣੀ ਲਾਉਣਾ ਚਾਹੀਦਾ ਹੈ, ਤਾਂ ਆਪਾਂ 100 ਲੀਟਰ ਦੇ ਵਿੱਚ ਹੀ ਕੰਮ ਨਿਬੇੜਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਆਪਾਂ ਗਲਤੀ ਕਿਸੇ ਵੀ ਸਪਰੇਅ ਕਰਨ ਲੱਗਿਆਂ, ਕੋਈ ਵੀ ਸਪਰੇਅ ਹੋਵੇ, ਇਹ ਗਲਤੀ ਨਹੀਂ ਕਰਨੀ। ਜਿੰਨਾ ਪਾਣੀ ਲਾਉਣਾ ਹੈ, ਜਿੰਨਾ ਪਾਣੀ ਲੱਗਣਾ ਚਾਹੀਦਾ, ਉਹਦੇ ਤੋਂ ਵੱਧ ਪਾਣੀ ਲਾ ਸਕਦੇ ਹਾਂ, ਘੱਟ ਪਾਣੀ ਨਹੀਂ ਲਾਉਣਾ। ਮੰਨ ਕੇ ਚੱਲਦੇ ਹਾਂ ਇੱਕ ਸਪਰੇਅ ਆ, ਤੁਸੀਂ ਉਹਦੀ 1 ਕਿੱਲੇ ਦੇ ਵਿੱਚ 100 ਗ੍ਰਾਮ ਡੋਜ਼ ਪਾਉਣੀ ਹੈ। ਜੇ ਤੁਸੀਂ 200 ਲੀਟਰ ਪਾਣੀ ਲਾਉਂਦੇ ਹੋ, 90 ਗ੍ਰਾਮ ਉਹ ਸਪਰੇਅ ਦੀ ਡੋਜ਼ ਪਾ ਲੈਂਦੇ ਹੋ, ਤੁਹਾਡਾ 100 ਗ੍ਰਾਮ ਸਪਰੇਅ ਜਿੰਨਾ ਉਹ ਅਸਰ ਕਰੇਗੀ। ਜੇ ਉੱਥੇ ਹੀ ਤੁਸੀਂ ਦੂਜੇ ਤਰਫ ਆਪਾਂ ਦੇਖਦੇ ਹਾਂਗੇ, 120 ਗ੍ਰਾਮ ਤੁਸੀਂ ਉਹਦੀ ਡੋਜ਼ ਜਿਹੜੀ ਪਾਉਂਦੇ ਹੋ, ਪਰ ਪਾਣੀ ਤੁਸੀਂ 70-80 ਲੀਟਰ ਲਾਉਂਦੇ ਹੋ, ਤਾਂ ਤੁਹਾਡੀ ਸਪਰੇਅ ਜਿਹੜੀ ਇਹ ਕੰਮ ਨਹੀਂ ਕਰੇਗੀ ਜਾਂ ਬਹੁਤ ਘੱਟ ਕੰਮ ਕਰੇਗੀ। ਇਸ ਕਰਕੇ ਪਾਣੀ ਕਦੇ ਵੀ ਘੱਟ ਨਾ ਲਾਓ ਸਪਰੇਅ ਕਰਦੇ ਸਮੇਂ। ਮੇਰੀ ਤਾਂ ਸਲਾਹ ਇਹੀ ਹੈ ਕਿ ਘੱਟ ਤੋਂ ਘੱਟ 150 ਲੀਟਰ ਪਾਣੀ 1 ਕਿੱਲੇ ਦੇ ਵਿੱਚ ਲੱਗਣਾ ਚਾਹੀਦਾ ਹੈ ਸਪਰੇਅ ਦੇ ਨਾਲ। 200 ਲੀਟਰ ਵੀ ਤੁਸੀਂ ਲਾ ਸਕਦੇ ਹੋ, ਪਰ ਘੱਟ ਤੋਂ ਘੱਟ 150 ਲੀਟਰ ਪਾਣੀ ਤਾਂ ਲਾਜ਼ਮੀ ਲੱਗਣਾ ਚਾਹੀਦਾ ਹੈ ਸਪਰੇਅ, ਚਾਹੇ ਕੋਈ ਵੀ ਹੋਵੇ। ਦੂਸਰੀ ਗਲਤੀ ਆਪਾਂ ਕੀ ਕਰ ਜਾਂਦੇ ਹਾਂ, ਫੁਹਾਰਾ ਪੰਪ ਦਾ ਜਿਹੜਾ ਫੁਹਾਰਾ ਹੈ ਉਹ ਬਹੁਤ ਜ਼ਿਆਦਾ ਬਰੀਕ ਕਰ ਲੈਂਦੇ ਹਾਂ, ਜਿਹਦੇ ਨਾਲ ਆਪਣਾ ਜ਼ਿਆਦਾ ਪਾਣੀ ਲਾਇਆ ਵੀ ਕਿਸੇ ਕੰਮ ਨਹੀਂ ਆਉਂਦਾ। ਕਈ ਕਿਸਾਨ ਕੀ ਕਰਦੇ ਨੇ, ਸਪਰੇਅ ਕਰਨ ਸਮੇਂ ਪੰਪ ਦਾ ਫੁਹਾਰਾ ਜਿਹੜਾ ਉਹਨੂੰ ਬਿਲਕੁਲ ਬਰੀਕ ਕਰ ਲੈਂਦੇ ਨੇ, ਬਿਲਕੁਲ ਐਂ ਲੱਗਦਾ ਜਿਵੇਂ ਧੂੰਆਂ ਉੱਡ ਰਿਹਾ ਹੁੰਦਾ, ਤਾਂ ਇਹ ਵੀ ਤਰੀਕਾ ਠੀਕ ਨਹੀਂ ਹੈ। ਇਹਦੇ ਨਾਲ ਆਪਣੀ ਜਿਹੜੀ ਸਪਰੇਅ ਆ ਕਾਫੀ ਹੱਦ ਤੱਕ ਉੱਡ ਕੇ ਇਨਵਾਇਰਮੈਂਟ ਦੇ ਵਿੱਚ ਰਲਦੀ ਹੈ, ਸਪਰੇਅ ਜਿਹੜੀ ਹੈ ਪੂਰੀ ਫਸਲ ਦੇ ਉੱਪਰ ਨਹੀਂ ਡਿੱਗਦੀ। ਸਪਰੇਅ ਦੇ ਕਣ ਜਦੋਂ ਬਿਲਕੁਲ ਬਰੀਕ ਹੋ ਜਾਂਦੇ ਨੇ, ਬਿਲਕੁਲ ਹੌਲੇ ਹੋ ਜਾਂਦੇ ਨੇ, ਤਾਂ ਕਾਫੀ ਹੱਦ ਤੱਕ ਆਪਣੀ ਸਪਰੇਅ ਜਿਹੜੀ ਹੈ ਉੱਡ ਕੇ ਇਨਵਾਇਰਮੈਂਟ ਦੇ ਵਿੱਚ ਰਲਦੀ ਹੈ। ਫੁਹਾਰਾ ਬਹੁਤਾ ਮੋਟਾ ਵੀ ਨਹੀਂ ਰੱਖਣਾ ਜਿਹਦੇ ਨਾਲ ਆਪਣੇ ਝੋਨੇ ਦੇ ਪੱਤੇ ਪਾਟਣ, ਅਤੇ ਬਹੁਤਾ ਜ਼ਿਆਦਾ ਬਰੀਕ ਵੀ ਨਹੀਂ ਰੱਖਣਾ ਜਿਹਦੇ ਨਾਲ ਆਪਣੀ ਜਿਹੜੀ ਸਪਰੇਅ ਆ ਉਹ ਉੱਡ ਜਾਵੇ। ਤੀਸਰੀ ਗੱਲ, ਜਦੋਂ ਆਪਾਂ ਕਾਫੀ ਸਾਰੀਆਂ ਸਪਰੇਆਂ ਰਲਾ ਕੇ ਇਕੱਠੀਆਂ ਕਰਕੇ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਸ ਟਾਈਮ ਵੀ ਆਪਾਂ ਨੂੰ ਸਪਰੇਅ ਦੇ ਰਿਜ਼ਲਟ ਪੂਰੇ ਨਹੀਂ ਮਿਲਦੇ। ਜਿਵੇਂ ਆਪਾਂ NPK ਕਰਨਾ ਹੈ, ਇਹਦੇ ਵਿੱਚ ਆਪਾਂ ਬੋਰੋਨ ਮਿਕਸ ਕਰ ਸਕਦੇ ਹਾਂ ਜਾਂ ਛੋਟੇ ਤੱਤ ਇਕੱਠੇ ਕਰ ਸਕਦੇ ਹਾਂ, ਜੇ ਫੰਗੀਸਾਈਡ ਵੀ ਕਰ ਸਕਦੇ ਹਾਂ ਅਲੱਗ ਤੋਂ ਘੋਲ ਜੇ ਤੁਸੀਂ ਬਣਾ ਕੇ, ਪਰ ਜੇ ਤੁਸੀਂ ਚਾਹੁੰਦੇ ਹੋ ਕਿ ਆਪਾਂ ਇਨਸੈਕਟੀਸਾਈਡ, ਬੋਰੋਨ, NPK, ਜਿੰਕ ਵਗੈਰਾ ਨੂੰ ਇਕੱਠਾ ਕਰ ਲਈਏ, ਜੇ ਕਿਸੇ ਵੀ ਚੀਜ਼ ਦੀ ਡੋਜ਼ ਜ਼ਿਆਦਾ, ਸਭ ਤੋਂ ਮੇਨ ਗੱਲ ਹੈ, ਜੇ ਬੋਰੋਨ ਦੀ ਡੋਜ਼ ਤੁਹਾਡੇ ਕੋਲ 10 ਗ੍ਰਾਮ ਵੀ ਜ਼ਿਆਦਾ ਪੈ ਜਾਂਦੀ ਹੈ ਝੋਨੇ ਦੇ ਉੱਪਰ, ਤਾਂ ਪੱਤੇ ਸੜ ਜਾਣਗੇ, ਤੁਹਾਡੇ ਉੱਪਰਲੇ ਪੱਤੇ ਜਿਹੜੇ ਨੇ ਸੜ ਜਾਣਗੇ, ਫਾਇਦੇ ਦੀ ਬਜਾਏ ਨੁਕਸਾਨ ਹੋ ਜਾਵੇਗਾ। ਕਈ ਕਿਸਾਨ ਕੀ ਕਰਦੇ ਨੇ ਕਿ ਜਿੰਨੀ ਸਿਫਾਰਿਸ਼ ਹੁੰਦੀ ਹੈ ਉਹਦੇ ਤੋਂ 1-2-10 ਗ੍ਰਾਮ ਜਿਹੜੀ ਜ਼ਿਆਦਾ ਸਪਰੇਅ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਰਿਜ਼ਲਟ ਆਪਾਂ ਨੂੰ ਜ਼ਿਆਦਾ ਵਧੀਆ ਵੇਖਣ ਨੂੰ ਮਿਲਣਗੇ। ਪਰ ਇਹ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਜਿੰਨੀ ਸਿਫਾਰਿਸ਼ ਹੈ ਉਹਦੀ ਉਨੀ ਹੀ ਆਪਾਂ ਡੋਜ਼ ਪਾਉਣੀ ਹੁੰਦੀ ਹੈ, ਉਹਦੇ ਤੋਂ 1-2 ਗ੍ਰਾਮ ਵੀ ਵੱਧ ਨਹੀਂ ਪਾਉਣੀ ਹੁੰਦੀ। ਕੁਝ ਚੀਜ਼ਾਂ ਜ਼ਰੂਰ ਹੁੰਦੀਆਂ ਨੇ ਜਿਨ੍ਹਾਂ ਦੀ ਡੋਜ਼ ਆਪਾਂ ਥੋੜ੍ਹੀ ਬਹੁਤ ਵਧਾ ਘਟਾ ਸਕਦੇ ਹਾਂ, ਪਰ ਜਿਸ ਤਰੀਕੇ ਬੋਰੋਨ ਹੁੰਦਾ ਇਹਦੀ ਆਪਾਂ ਜ਼ਿਆਦਾ ਡੋਜ਼ ਜੇ ਵਧਾਉਂਦੇ ਹਾਂ ਤਾਂ ਇਹ ਆਪਣਾ ਫਾਇਦੇ ਦੀ ਬਜਾਏ ਨੁਕਸਾਨ ਕਰ ਦਿੰਦਾ। ਇਸ ਕਰਕੇ ਕਿਸੇ ਵੀ ਸਪਰੇਅ ਦੀ ਜਿੰਨੀ ਡੋਜ਼ ਤੁਹਾਨੂੰ ਦੱਸੀ ਜਾਂਦੀ ਹੈ, ਜਿੰਨੀ ਉਸ ਸਪਰੇਅ ਦੀ ਡੋਜ਼ ਸਿਫਾਰਿਸ਼ ਹੁੰਦੀ ਹੈ ਉਨੀ ਹੀ ਡੋਜ਼ ਪਾਓ, ਜ਼ਿਆਦਾ ਡੋਜ਼ ਨਾ ਪਾਓ, ਨਹੀਂ ਤਾਂ ਆਪਾਂ ਨੂੰ ਫਾਇਦੇ ਦੀ ਬਜਾਏ ਜਿਹੜਾ ਹੈ ਨੁਕਸਾਨ ਹੋ ਸਕਦਾ। ਇੱਕ ਚੀਜ਼ ਹੋਰ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਹੁਣ ਧਿਆਨ ਰੱਖਣ ਵਾਲੀ ਹੁੰਦੀ ਹੈ, ਹੁਣ ਟੈਂਪਰੇਚਰ ਜਿਹੜਾ ਹੈ ਕਾਫੀ ਜ਼ਿਆਦਾ ਹੈ, ਤਾਂ ਦੁਪਹਿਰ ਦੇ ਟਾਈਮ ਜਿਹੜੀ ਆਪਾਂ ਕੋਈ ਵੀ ਸਪਰੇਅ ਕਰਦੇ ਹਾਂ ਉਹਦੇ ਰਿਜ਼ਲਟ ਘੱਟ ਹੀ ਦੇਖਣ ਨੂੰ ਮਿਲਣਗੇ।
ਇਸ ਕਰਕੇ ਤੁਸੀਂ ਸਵੇਰ ਦੇ ਟਾਈਮ ਜਾਂ ਸ਼ਾਮ ਦੇ ਟਾਈਮ ਸਪਰੇਅ ਕਰੋ ਤਾਂ ਆਪਾਂ ਨੂੰ ਵਧੀਆ ਜਿਹੜੇ ਰਿਜ਼ਲਟ ਨੇ ਉਹ ਸਪਰੇਆਂ ਦੇ ਮਿਲਣਗੇ। ਸੋ ਇਸ ਵੀਡੀਓ ਦੇ ਵਿੱਚ ਇਹੀ ਕੁਝ ਛੋਟੀਆਂ ਛੋਟੀਆਂ ਜਿਹੀਆਂ ਗੱਲਾਂ ਸੀ। ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।